ਗੱਡੀ ਵੇਖ ਕੇ ਚਲ ਜਾ ਕੇ ਰੋਕੀ ਆਪ ਪਹਿਲ ਨੰਬਰ ਤੇ ਨੌਕ ਹੋ ਗਿਆ ਵੀ ਦੂਰੋਂ ਤਾਂ ਵੇਖ ਲੈ, ਦੂਰੋਂ ਤਾਂ ਵੇਖ ਲੈ ਵੀ ਬੁੰਡ ਨਹੀਂ ਮਰਾਈ ਦੀ ਹੁੰਦੀ ਐਵੇਂ ਰੋਕਣ ਚ। ਕਿੰਦੇ ਵੈਸੇ ਮੈਂ ਇੱਕ ਚੀਜ਼ ਦੇਖ ਰਿਹਾ ਤੂੰ, ਕੋਈ ਆਲ ਤੇ ਕਰੋ ਸਪੀਕਰ, ਆਲ ਤੇ ਕਰੋ ਪਤਾ ਚੱਲ ਗਈ ਕੀ ਇੱਦਾਂ ਵੇਖੋ ਆਲ ਤੇ। ये जो अभी बोला था भोसड़ी के, पहले तेरी आवाज देख इतनी पतली छक्के जैसी आवाज, माधर चो तेरी माता भोसड़ा लोड़े पहले हिला के अपने गले में फेंक दो, उसके बाद आवाज ठीक करो, उसके बाद आ जाओ भोसड़ी वाले लंड के बाल सुन, आ जाना पोछे के लोड़े तेरे लोड़े दा बाल दान तू मेरे चल ओए साले गंदी फुल्लां वाली वीशेव लाके चढ़ जांगे उत्ते। ਭਰਾਵਾ ਗੰਨ ਨੀ ਆਉਂਦੀ ਤਾਂ ਚਾਰ ਓ ਮਾਈ ਗੋਡ we wiped them main bhi karti na set la ek ਕੁਛ ਵੀ ਨਹੀਂ ਸੀ ਬੋਟ ਦਾ ਭਣਾ ਵਿੱਚ ਪੇੜਾ ਨਾ ਸੱਟ ਲਾ ਮੇਰੇ ਕੋਲ ਬੰਦੇ ਆ ਰਵੇ ਦੇ ਬੋਟ ਹੁੰਦਾ ਤੇ ਇਹਦੇ ਕੋਲ ਗਨ ਹੁੰਦੀ ਹੈ ਇਹਦੇ ਕੋਲ ਕੁਛ ਵੀ ਨਹੀਂ ਸੀ ਕੁਛ ਵੀ ਵਾਲਾ ਬੋਟ ਵੀ ਪੈਰਾ ਸ਼ੂਟ ਕਰਦਾ ਡੀਪੀ ਵਾਲਾ ਬਹੁਤ ਮੁੰਡ ਕੁੱਟੀ ਜਾਂਦਾ ਧਿਆਨ ਨਾਲ ਇੱਧਰ ਆ ਹਰਪ੍ਰੀਤ ਕਿੱਧਰ ਚੱਲਿਆ ਇਕੱਲਾ ਡੀਪੀ ਮੈਨੂੰ ਬਹੁਤ ਇੱਧਰ ਆਊਗਾ ਯਾਰ ਕਿੱਧਰ ਲੁੱਟੀ ਜਾਂਦੇ ਯਾਰ 400 ਮੀਟਰ ਗੰਨ ਤਾਂ ਚਾਹੀਦੀ ਆ ਇੱਧਰ ਮੇਰੇ ਕੋਲ ਆ ਕੇ ਲੈ ਲਓ ਮੇਰੇ ਡੀਪੀ ਵਾਲੇ ਨੇ ਯਾਰ ਲੱਕੋਂ ਲਾ ਹੀ ਦਿੱਤਾ ਸੀ ਮੈਨੂੰ ਇੱਕ ਹਿਸਾਬ ਦਾ ਆ ਗਿਆ ਡੀਪੀ ਵਾਲਾ ਵੀ ਪ੍ਰੋਜੈਕਟ ਕਰਦਾ ਸੀ ਮੇਰਾ ਰੱਬ ਨੇ ਬਚਾਇਆ ਮੈਨੂੰ ਹਾਂ ਨਹੀਂ ਓਏ ਯਾਰ ਜਿੰਦਾ ਆ ਜਾ ਕਿੱਥੇ ਜਾਂਦੇ ਵੇਖੀ 10 ਮੀਟਰ ਦੀ ਦੂਰੀ ਤੇ ਮੈਨੂੰ ਮਾਰਦਾ ਮਾਰਕ ਦ ਲੋਕੇਸ਼ਨ ਆ ਚੱਲ ਚੱਲ ਤੇ ਮੈਂ ਬ੍ਰਾਸਟ ਵਾਲੀ ਨਾ ਕੀ ਮਾਰਦਾ ਸਰ ਖਾਦਾਗਾ ਇਹ ਮਾਰਨਾ ਬ੍ਰਾਸਟ ਵਾਲੀ ਨਾਲ ਵੀ ਮਾਰ ਦਿੰਦਾ ਉਹ ਆਹੋ ਅਗਲਾ ਡਾਂਸ ਕਰੂਗਾ ਅਰਮਾਨ ਮਗਰ ਦੀ ਮੰਡਰਾ ਗਿਆ ਓਏ ਅਬੇ ਸ਼ਿਟ ਯਾਰ ਓਏ ਹਰਪ੍ਰੀਤ ਕਿੱਧਰ ਜਾ ਉਹਨੇ ਤਾਂ ਖੜਾ ਹੁੰਨੋ ਫਾਇਦਾ ਕੀ ਹੈ ਤੇਰਾ ਯਾਰ ਤਾਂ ਜੇ ਰਿਵਾਈਵ ਤਾਂ ਕਰਦੇ ਬੰਦਾ ਆ ਕੇ ਓ ਸ਼ਿਟ ਸ਼ਿਟ ਆਖੀ ਜਾਂਦੇ ਚੁੱਪ ਕਰੋ ਹੌਲ ਤੇ ਆ ਸਾਰੇ ਬੋਟ ਹੈ ਬੋਟ ਅਰਮਾਨ ਆ ਜਾ ਮਗਰ ਆਈ ਦਾ ਤਾਂ ਰੀਜਨਲ ਡੈਡੀ ਸੇ ਤਾਂ ਪੰਗਾ ਲੈ ਲੇ ਓਏ ਆ ਜਾ ਮਗਰ ਆਈ ਦਾ ਛੇਤੀ ਆ ਜਾ ਬਾਜ ਜੂਗਾ ਆ ਜਾ ਹਜੇ ਮੁੱਕੇ ਨਾ ਮਾਰੀ ਜਾਂਦਾ ਲੁੱਟੀ ਜਾਂਦਾ ਵੇਖ ਲੁੱਟੀ ਜਾਂਦਾ ਉਹਨਾਂ ਨੂੰ ਮੈਂ ਤਾਂ ਮੁੱਕੇ ਨਾਲ ਮਾਰੀ ਜਾਂਦਾ ਉਹਨਾਂ ਨੂੰ ਆ ਜਾ ਯਾਰ ਭਈ ਯਾਰ ਕਵਰ ਜਾਂ ਡੱਬਾ ਵਾ ਲਾਲ ਆ ਮੇਰੀਆਂ ਦੋਵੇਂ ਲਾਲ ਆ ਤੇਰੇ ਕੋਲ ਬੰਦਾ ਹੈਗਾ ਫਿਰ ਕਿੱਡੀ ਗੱਲ ਕੁਛ ਨਹੀਂ ਮੇਰੇ ਕੋਲੇ ਯਾਰ ਉਹ ਕਿਤੇ 4 ਨੰਬਰੀ ਉਹ ਤੂੰ ਮੈਨੂੰ ਹੱਥ ਲਾ ਰੇ ਉਹ ਮੈਂ ਗਿਆ ਯਾਰ ਉਹ ਸਮੋਕ ਸਿੱਟੀ ਨਾ ਬੰਦਾ ਹੀ ਨਹੀਂ ਮੇਰੇ ਕੋਲੇ ਯਾਰ 4 ਨੰਬਰੀ ਕਿੱਥੇ ਆ ਹੋ ਗਿਆ 4 ਨੰਬਰੀ ਕਿੰਨੇ ਸੱਦਿਆ ਬਈ 4 ਨੰਬਰੀ ਨੂੰ ਯਾਰ ਨਾਲ ਤਾਂ ਰਹਿ ਕੇ ਖੇਡਦਾ ਯਾਰ ਅਸੀਂ ਉਹਨੂੰ ਨਹੀਂ ਸੱਦਿਆ ਓ ਭੈਣ ਦੀ ਛਿੱਕੀ ਅਸੀਂ ਓਡੀਨ ਨੂੰ ਨਹੀਂ ਖੜਾਇਆ ਲਾ ਫੜ ਲਾ ਉਹਦੇ ਉਹਦੀ ਤਾਂ ਵੱਜ ਗਈ
उधर मैं भाई ये शेट शेट करन लाया थे ओ शेट यार ओ शेट भेण दिल लोड़े ये नाली ही तो है दा नाली ही तो कितो भाई ये नाली मेरी पेटी जी तेनु कुछ नहीं थे होना पांच पांच आ गया करते ही थे चलो नाली में M7 बाढ़ गई थी M7 बाढ़ से मेरे को ਮੈਂ ਕਿਤੇ UMP ਦੀ ਥਾਂ ਤੇ M7 ਬਾੜ ਫੜੀ ਹੁੰਦੀ ਨਾ ਮਰਦਾ ਸੀ ਆ ਜਾ ਨਾਲੀ ਨੂੰ ਹੁਣ ਕਿੱਧਰ ਜਾਣਾ ਨਾਲੀ ਮੂਹੇ ਕੋਲ ਓਏ ਜਿੱਥੇ ਮੈਂ ਮਰਿਆ ਉੱਥੇ ਜਾਓ ਤਿੰਨ ਬੰਦੇ ਆ ਭੈਣ ਚੋ ਦੇ ਨਹੀਂ ਹੁਣ ਜਿੰਦ ਭੈਣ ਦਾ ਲੋੜਾ ਸੜਕ ਵਾਲੇ ਘਰ ਲੁੱਟੀ ਜਾਂਦਾ ਮੈਂ ਆਖੀ ਜਾਂਦਾ ਨਾਲੀ ਵਾਲੀ ਭੈਣੀ ਵਾਲਾ ਆਪਦੀ ਨਾਲੀ 'ਚ ਹੋਵੇ ਓਪਨ 'ਚ ਉਹ ਜਾ ਰਹੇ ਐਵੇਂ ਫਾਇਰ ਛੱਡ ਛੱਡ ਖਾਈ ਤੇ ਗਿਆ ਖਾਈ ਤੇ ਗਿਆ ਲੈ ਜਾ ਇੰਨਾ ਪੇ ਕਰ ਸਪਰੇ ਯਾਰ ਜਾ ਯਾਰ ਭੈਣ ਚ ਤੇ ਰੋਕਤਾ ਮੈਂ ਸਪਰੇ ਛੱਡਦਾ ਨਹੀਂ ਬੇ ਕਰ ਤੇ ਸਹੀ ਜੇ ਤੈਨੂੰ ਮੈਂ ਦੱਸ ਦਿੰਦਾ ਕੀ ਫਰਕ ਸੀ ਆ ਆ ਗਿਆ ਜੰਦ ਕੱਲਾ ਹੀ ਵੇਖੀ ਭੈਣ ਪਿੱਛੋਂ ਬੁੰਡ ਤੈਨੂੰ ਜਮਾ ਨਹੀਂ ਆਉਦੀ ਬੁੰਡ ਦੀ ਪਰਵਾਹ ਵੀ ਪਿੱਛੋਂ ਬੁੰਡ ਤੇ ਪਿਆ ਤੂੰ ਬੰਡਾਲੀ ਚ ਬੈਠਾ ਰਹਾ ਬੁੰਡ ਦੀ ਪਰਵਾਹ ਹੀ ਨਹੀਂ ਯਾਰ ਇਹਨੂੰ ਮੂੰਹ ਕੱਢੀ ਤਾਂ ਜਿੰਦ ਆ ਖਾਈ ਜੀ ਕਰੀ ਸਮੋਕ ਜੀ ਹੈਗਾ ਸੱਚ ਗ੍ਰੇਨੇਡ ਬੰਬ ਬੰਬ ਸੁੱਟਦੇ ਮੇਰੇ ਸਾਰੇ ਦੋ ਸੀ ਆਪਦਿਆਂ ਦੇ ਤਾਂ ਬਹੁਤ ਸੁੱਟਨੇ ਆਉਂਦੇ ਇਹਨੂੰ ਗੰਦੀ ਲੀਰ ਨੂੰ ਜਾਂ ਭੱਜ ਕੇ ਜਾਓ ਓਪਨ ਚ ਤੈਨੂੰ ਕਵਰ ਦਿੰਨਾ ਐਵੇਂ ਕਰਦੀ ਸੀ ਮੈਨੂੰ ਪਤਾ ਤੂੰ ਕਿਹੜੀਆਂ ਗੱਲਾਂ ਸੋਚਦਾ ਮੈਂ ਤਾਂ ਹੋ ਚੁੱਕਿਆ ਇਹ ਦੋ ਤਿੰਨ ਵਾਰ ਤੈਨੂੰ ਕਵਰ ਦਊਂਗਾ ਨਾ ਮੇਰਾ ਹਾਰਡ ਸਕੋਪ ਆ ਆ ਵੇ ਮੇਰੇ ਮਗਰ ਬੰਦਾ ਸਾਲਾ ਮਰੀ ਜਾਂਦਾ ਅਗਲੇ ਪਾਸੇ ਬੰਦਾ ਯਾਰ ਕੀ ਤੁਸੀਂ ਕਰੋਗੇ ਜਾਂ ਓਪਨ ਚ ਭੱਜ ਕੇ ਜਾਂ ਮੇਰੇ ਵਾਲੇ ਪਾਸੇ ਰਹੇ ਉਰੇ ਉਰੇ ਖਾਈ ਚ ਨਾ ਗਲਤੀ ਨਾ ਵੀ ਵੜ ਜੀ ਆ ਖਾਈ ਚ ਬੰਦਾ ਸਾਲਾ ਮਰੀ ਜਾਂਦਾ ਯਾਰ ਤੇ ਉਹੀ ਆਖੀ ਆ ਨਾ ਤੈਨੂੰ ਮਾਰਨ ਲਈ ਬਾਹਰ ਤਾਂ ਆਊਗਾ ਕਿੰਨੇ ਜਾਣੇ ਕਿੰਨੇ ਉਹ ਦੇਖੀ ਖੜ ਜਾ ਮੈਂ ਹੁਣ ਨਹੀਂ ਹੁਣ ਮੈਂ ਆਈ ਆ ਨਾ ਭੈਣੋ ਇੱਕ ਜਣਾ ਤਿੰਨ ਬੰਦੇ ਆ ਉਹ ਜੰਦੀ ਵੱਜ ਗਈ ਹੁਣ ਮੈਂ ਥੱਲੇ ਡਿੱਗ ਗਿਆ ਉਹ ਭੈਣੋ ਸਨੇਕ ਹੋ ਗਿਆ ਮੂਰੇ ਇੱਕ ਬੰਦਾ ਕਿਹੜਾ ਲਾ ਦੇ ਹੱਥ ਮੈਂ ਗਿਆ ਲੁੱਟੀ ਨਾਲ ਲਾ ਦੇ ਹੱਥ ਕਿਹੜਾ ਵੀਰ ਆ ਜਿਹੜੀ ਤਾਂ ਮਾਰ ਲਈ ਸੀ ਉਹਨੇ ਇੱਕ ਮੈਂ ਪਹਿਲਾਂ ਮਾਰਤਾ ਤੇ ਤਾਂ ਜਿਹੜਾ ਤੂੰ ਮੈਨੂੰ ਕਿਲ ਦਵਾਇਆ ਸੀ ਇਹ ਰੀਅਲ ਸੀ ਉਹ ਬਾਰਡ ਸੀ ਰਿਪਲ ਇੱਕ ਦੇ ਰਹਿ ਜਾ ਤੇ ਕਿਹੜਾ ਵਾ ਕਹਿੰਦੇ ਲਈ ਹਰੇਕ ਰੀਅਲ ਆ ਕਿਉਂ ਤੁਸੀਂ ਉਹੀ ਕਰਦੇ ਆਹੋ ਆਹੋ ਹਰੇਕ ਰੀਅਲ ਸਰਤਾਜ ਤੂੰ ਨਾ ਬੋਲਿਆ ਕਰ ਓਏ ਜਿੰਦ ਲਈ ਸਹੀ ਗੱਲ ਹੈ ਹਰੇਕ ਰੀਅਲ ਪ੍ਰਵਾਹ ਚੜ ਕੇ ਨਾ ਤਾਂ ਪੜ ਲਾ ਉਹਦਾ ਕੀ ਹੈ ਇੱਕ ਰਹਿ ਗਿਆ ਹਲੇ ਇੱਕ ਹੋਰ ਸ਼ੋਕਾ ਰਹਿ ਗਿਆ ਬਾਬੇ ਬੋਰਡ ਦਾ ਸਿੱਧਾ ਬਣੇ ਗਰੋਜ ਆ ਇੰਟੂ ਗਰੋਜ ਆ ਜੇ ਮੇਰੇ ਨਾਲ ਚੰਗਾ ਬੰਦਾ ਹੁੰਦਾ ਕੋਈ ਚਿਕਨ ਆਰਾਮ ਨਾਲ ਸੀ ਤੋਰ ਗੱਡੀ ਤੋਰ ਲਾ ਯਾਰ ਮੈਂ ਤੇਲ ਭਰੀ ਜਾਂਦਾ ਗਲਤੀ ਨਾਲ ਸੀਟ ਚੇਂਜ ਕਰ ਓਏ ਕੀ ਇੱਟਾ ਮੈਂ ਤੇਰਾ ਅਰਮਾਨ ਓਏ ਆ ਚਲਾ ਲਈਏ ਦੇਵਤਾਓ ਨੇ ਕਹਾ ਤਾਂ ਕਿ ਮਸ਼ੀਨ ਤੇਰੇ ਲਈ 10 ਸਬਸਕ੍ਰਾਈਬ ਮੇਰੇ ਵੱਲੋਂ ਮੈਨੂੰ ਭੁਲਾਉਂਦੀ ਨਾ 10 ਸਬਸਕ੍ਰਾਈਬ ਤਾਂ ਯਾਰਾਂ ਨੇ ਪਹਿਲੀਆਂ ਦੇ ਕਰਾ ਦੂੰਗਾ 10 ਮੈਨੂੰ ਭੁਲਾਉਂਦੀ ਆ ਹੋਰ ਰਾਈਟਿੰਗ ਅੱਗੇ ਆਉਣਾ ਬਣਾਉਣੀ ਆਪਾਂ ਨੂੰ 20 ਕਰਤਾ ਤਾਂ ਦਿੱਲੀ ਸਾਡੀ ਰੀਸ ਕੋਈ ਨਹੀਂ ਕਰ ਸਕਦਾ ਜਿੰਨੇ ਸਬਸਕ੍ਰਾਈਬ ਅਸੀਂ ਕਰਾ ਦੇਣਾ ਕੋਈ ਨਹੀਂ ਕਰਾ ਸਕਦਾ ਉਹਦੀ ਆ ਨਾ ਮੈਂ ਆਪਦੀਆਂ ਆਈਡੀਆਂ ਤੇ ਤੈਨੂੰ ਅਨਸਬਸਕ੍ਰਾਈਬ ਕਰ ਦੂੰ ਇਹ ਕਿ ਨਿਕਲ ਲਾਉੜੇ ਪਹਿਲੀ ਫੁਰਸਤ ਮੈਂ ਨਿਕਲ ਪਹਿਲੀ ਫੁਰਸਤ ਨਹੀਂ ਕੋਈ ਜ਼ਰੂਰਤ ਨਹੀਂ ਹਿੰਦੁਸਤਾਨ ਕੋ ਤੇਰੀ ਧਮਕੀ ਦੇ ਦਾ ਧਮਕੀ ਧਮਕੀ ਨਹੀਂ ਤੂੰ ਇੱਧਰ ਕਦਰ ਠਾਲ ਲਈ ਹੋਣਾ ਦੁੱਧ ਪੀ ਲੈਣਾ
ਭਾਈ ਤੋਂ ਕੋਈ ਨਹੀਂ ਆਉਂਦਾ ਯਾਰ ਬਰਾਏਗਾ ਤੂੰ ਹੁਣ ਝਾਤੀ ਦਾ ਮਾਰ ਮੈਂ ਦੁੱਧੂ ਪੀ ਲੈਂ ਦੁੱਧ ਅਰਮਾਨ ਤੂੰ ਆਦੀ ਕਿਹੜੀ ਕਾ ਤੋਂ ਲੁਕੋ ਕੇ ਰੱਖੀ ਆਏ ਦੋ ਦੀ ਕਿਹੜੀ ਲੁਕਾਉਣੀ ਉਹ ਜਿੰਦ ਦੀ ਕਿਹੜੀ ਦੱਸਾਂ ਏ ਇੱਕ ਸੱਠ ਦੀ ਤ੍ਰੇਟ ਦੀ ਹੈ ਤੇਰੇ ਪਾਪੇ ਦੀ ਭੈਣ ਚੋਦਾ ਪੁਆਇੰਟ ਤਿੰਨ ਦੀ ਕਿਹੜੀ ਕਿੰਨੀ ਕੁ ਹੁੰਦੀ ਆ ਬਈ ਬਥੇਰੀ ਹੁੰਦੀ ਆ ਮੇਰੇ ਵਾਸਤੇ ਯਾਰ ਇੱਕ ਬੋਰਡ ਨੂੰ ਮਾਰ ਕੇ ਵੀ ਨਹੀਂ ਹੁੰਦੀ ਭਰਾਵਾ ਇੰਨੀ ਤੇਰੀ ਵੀਹ ਮੈਚਾਂ ਚ ਇੱਕ ਬੋਰਡ ਮਾਰਿਆ ਹੋਵੇ ਅਜੇ ਤਾਂ ਅਸੀਂ ਕਿਹੜਾ ਭਰਾਵਾ ਕੀੜੀਆਂ ਵੇਖ ਕੇ ਖੜੇ ਤੇ ਸਵਾਲ ਨਾ ਕੀੜੇ ਵੇਲਾ ਮੈਂ ਸਵਾਦ ਲਈ ਖੇਡਦਾ ਤਾਂ ਹੀ ਟਾਈਮ ਨਾਲ ਮਰ ਗਿਆ ਨਾ ਤੇਰੇ ਵਰਗੇ ਰੋਲਾ ਪਾਉਣ ਲੱਗਾ ਓਏ ਹੱਥ ਲਾ ਦੇ ਮਰ ਗਿਆ ਓਏ ਕਾਲਾ ਹਨੇਰਾ ਆ ਗਿਆ ਓਏ ਹੱਥ ਲਾ ਦੇ ਹਨੇਰਾ ਹਨੂਰਾ ਤਾਂ ਆਉਣਾ ਹੀ ਹਟ ਗਿਆ ਹੁਣ ਅੱਖਾਂ ਮੂਰੇ ਜੇ ਤੂੰ ਬਾਲਾ ਗਲਤ ਸੀ ਨਾ ਤੂੰ ਮੈਨੂੰ ਦੱਸਿਆ ਮੈਂ ਖਾਈ ਚ ਬੁੰਡ ਮਰਾਉਣ ਲੱਗਿਆ ਉਹ ਜੇ ਤੈਨੂੰ ਫਿਨਿਸ਼ ਕਰ ਦਿੰਦਾ ਫਿਰ ਇਕੱਲੇ ਦਾ ਮੇਰਾ ਮੈਲ ਜਮਾਂ ਜੀ ਨਹੀਂ ਕਰਦਾ ਓਏ ਅਲਟਰਾ ਡੈਡਲੀ ਦੇ ਭਰਾਵਾ ਉਹ ਸਨੇਕ ਵਾਲੀ ਫੁੱਲ ਲੀਜ਼ਰਡ ਵਾਲੀ ਫੁੱਲ ਅਪਗ੍ਰੇਡ ਫੁੱਲ ਆ ਭਰਾਵਾ ਲੀਜ਼ਰਡ ਆ ਵੇਖਦਾ ਮੈਂ ਨਹੀਂ ਰਿਹਾ ਫੁੱਲ ਮੂੰਹ ਉਹਨੇ ਹੀ ਲਾਉਣਾ ਉਹਦਾ ਨਾਲ ਨਹੀਂ ਹੁੰਦੀ ਮੈਂ ਤੇ ਜਦ ਜਦ ਚੜ ਕੇ ਉੱਤੇ ਗਰੋਜਾ ਲੈ ਕੇ ਉਹਨੇ ਤਾਂ ਟੱਟੀ ਭੈਣ ਨੇ ਮੇਰੀ ਬੰਦ ਹੋ ਜੂ ਫੁੱਲ ਤੇ ਨਾਲ ਜੋਕਰ ਹੋਣਾ ਹੁੰਦਾ ਜੀਵ ਜੀ ਨਿਕਲਦੀ ਹੁੰਦੀ ਆ ਪੁਲੀ ਜਿਹੜਾ ਹਰੇ ਰੰਗ ਦੀ ਹਰੀ ਟੱਟੀ ਕੀ ਕਹਿ ਰਿਹਾ ਈ ਉਹ ਤੂੰ ਕੀ ਕਹਿ ਰਿਹਾ ਹੈ ਉਹ ਤੁਸੀਂ ਨਹੀਂ ਇੰਨਾ ਘੈਂਟ ਬੋਲਦੇ ਸਿੱਧੂ ਵਾਲਾ ਘੈਂਟ ਬੋਲਦਾ ਉਹ ਕੀ ਕਹਿੰਦੇ ਆ ਕਹਿੰਦੇ ਆ ਨਿਕਰੇ ਉਹ ਤੂੰ ਕੀ ਕਹਿ ਰਿਹਾ ਓਏ ਪਹਿਲੀ ਵਾਰ ਚ ਨਾ ਮੇਰਾ ਬੰਦਾ ਗੱਟ ਨਹੀਂ ਤੂੰ ਕੀ ਭੌਂਕਣ ਡਿਆ ਬੰਦ ਤੇ ਬਈ ਆਪਣਾ ਅਗਲਾ ਗੋਲ ਹੈਗਾ 20 ਸਬਸਕ੍ਰਾਈਬ ਦਾ ਤੇ 150 ਸਬਸਕ੍ਰਾਈਬ ਤੇ ਆਪਾਂ ਕਰ ਲਈ ਪਾਸ ਦੇ ਵਾਧੂ ਕਰ ਲਈ ਹੋਏ ਖੜ ਜੋ ਡੈਡੀ ਹੋਏ ਅਰਮਾਨ ਤੈਨੂੰ ਨਹੀਂ ਪਤਾ ਹੁਣ ਸਰਤਾਜ ਕੀੜੀ ਦੀ ਚਾਲ ਚੱਲ ਰਿਹਾ ਬਾਅਦ ਚ ਸਰਤਾਜ ਆਪਣੇ ਨਾਲ ਮੂਹਰੇ ਵਿੱਚ ਔਲ ਖਵਾਈ ਦੀ ਹੈ ਭਈ ਆਪਾਂ ਬਾਕੀ ਸਟ੍ਰੀਮ ਬਈ ਕਰ ਨੂੰ ਕਰਾਂਗੇ ਬੁੰਡ ਦਾ ਜੋਰ ਲੈ ਕੱਢ ਕੇ ਵੇਖੀ ਬਹੁਤ ਬਹੁਤ ਧੰਨਵਾਦ ਏਟਰਸ ਗੇਮਿੰਗ ਦਾ ਜਿਹਨੇ ਆਪਣੇ 103 ਸਬਸਕ੍ਰਾਈਬ ਤੇ 15 ਲਾਈਕ ਦਾ ਟਾਰਗੇਟ ਪੂਰਾ ਕਰਾਇਆ ਆ ਜਾ ਖੜ ਜਾ 2 ਮਿੰਟ ਮੈਂ ਗੁੱਪ ਤੇ ਕਰਨ ਲੱਗਿਆ ਬੰਦ ਮੈਂ ਗੁੱਪ ਤੇ ਬੈਠਾ ਮੈਨੂੰ ਉੱਥੋਂ ਨਿਕਲ ਲੈਣ ਨੇ ਕਿੰਨਾ ਪਤਾ ਨਹੀਂ ਕਿਹੜਾ ਸਟਨ ਕੀਤਾ ਤੂੰ ਮਾਂ ਤੂੰ ਲੋ ਸਾਹਮਣੇ ਕੈਮ ਹੋਤਾ ਰਹਤਾ ਗੰਦੇ ਵਾਲਾ ਸਾਹਮਣੇ 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 ਇੱਥੇ ਜੇ ਨਾ ਹੋਏ ਨਾ ਇੱਥੇ ਫਿਰ ਬਹਿ ਜਾ ਹੈਗੇ ਇੱਥੇ ਹੀ ਆ ਵੇ ਆ ਮਗਰ ਥੱਲੀ ਮਗਰ ਥੱਲੀ ਮਗਰ ਥੱਲ ਆ ਵਾਰਤੀ ਭਾਂਡੇ ਗੇਮ ਸਭ ਸਾਡੇ ਕੋਲੇ ਇੱਕ ਗਰੋਜ ਆ ਐ ਨਹੀਂ ਢਲਦੇ ਅਸੀਂ ਗਰੋਜਾ ਦਾ ਲੋੜਾ ਗਰੋਜਾ ਲੈ ਲਾ ਉਹਦੀ ਮੂਡ ਲਿਦਣ ਵਾਲੀ ਕਿਉਂ ਭੌਂਕੀ ਇਹਨਾਂ ਸਰਤਾਜ ਯਾਰ ਚੋਰੀ ਕਰਨ ਵਾਲਾ ਬੰਦਾ ਨਹੀਂ ਹੈਗਾ ਖੌਫ ਨਾ ਤੇਜ ਕਰਨਾ ਬਣਾ ਹਾਂ ਪੰਨੀ ਹੀਟੜੀ ਬੈਠਣਾ ਮੈਂ ਕਹਿੰਦਾ ਫਟ ਫੜ ਜੂਗਾ ਇਹ ਹੀਟ ਚਾਂ ਤੂੰ ਫੋਨ ਭਰਾਵਾ ਦੂਜਾ ਫੋਨ ਹੀਟ ਫੜੀ ਬੈਠਾ ਨਹੀਂ ਤੂੰ ਨਹੀਂ ਹੀਟ ਚ ਵੇਖ ਲਾਉਂਦੇ ਕਿ ਕੋੜੀ ਨੂੰ ਤੈਨੂੰ ਹੀਟ ਚ ਕਰਾ ਦਿੰਦੇ ਨੇ
ਨਹੀਂ ਗਏ ਛੱਡ ਦੇ ਮੈਨੂੰ ਕਾਰ 98 ਚੱਕਣ ਦਾ ਆਏ ਗਾਤਾ ਭੈਣ ਜਦੋਂ ਟਾਇਰ ਕਿਉਂ ਆਉਂਦੀ ਮਾਂ ਦਾ ਮੂੜ ਤੇ ਨਹੀਂ ਆਪਣੇ ਕੋਲ ਡਾਊਨ ਹੈਲਮਟ ਤਾਂ ਲਾ ਤਾ ਹੀ ਉਹਦਾ ਮੈਂ ਅਸੀਂ ਵੀ ਫਿਰ ਸਨਾਈਪਰ ਦੀ ਪ੍ਰੈਕਟਿਸ ਕੀਤੀ ਹੈ ਭੈਣ ਗਦੀਆਂ ਨੀ ਚਾਰ ਹੋਰ ਇੱਧਰੋਂ ਨਾ ਪੈ ਮੈਂ ਇੱਥੇ ਹਾਂ ਮੇਰੀ ਇੱਕ ਵਾਰੀ ਮੇਰੀ ਲੋਕੇਸ਼ਨ ਵੇਖੀ ਮੈਂ ਤੇਰੀ ਵੇ ਨਾ ਆ ਰਿਹਾ ਬੰਦਾ ਇੱਕ ਇੱਥੇ ਕਿੱਥੇ ਠੀਕ ਹੈ ਕਾਰ 98 ਤੇ ਬਾਡੀ ਠੁੱਕਾ ਦਾ ਮਾਰਕ ਲਾਇਆ ਤਾ ਆਪਣੇ ਸਿਰ ਤੇ ਵੀ ਹੈਗਾ ਦੋ ਬੰਦਿਆਂ ਨੂੰ ਸਰਕਲ ਉਹਨਾਂ ਸ਼ਿਫਟ ਹੋਇਆ ਮਿਲ ਗਿਆ ਕਿੱਲ ਇੱਧਰ ਸਮੋਕ ਚ ਕਰੀ ਸਕੋਪ ਗੁੱਲੂ ਕਰੀਏ ਨਾ ਆ ਪੱਥਰ ਜੇ ਦੇ ਪਿੱਛੇ ਹੋ ਸਕਦਾ ਐਸ ਦੇ ਸਮੈਲਸ ਰੀਅਲੀ ਬੈਡ ਡਾਊਨ ਹੇਅਰ ਕਿਸੇ ਨੇ ਮਸ਼ੀਨ ਜੀ ਚਲਾਈ ਹੈ ਆ ਜੋ ਉਤਲੇ ਤੋਂ ਨਾ ਖਾਜ ਕੇ ਕੋਈ ਨਹੀਂ ਆਪਾਂ ਸਰਕਲ ਜਾ ਚੇ ਕਰ ਉਜੀ ਚੱਲੀ ਉੱਤੇ ਉਜੀ ਚੱਲੀ ਚੇ ਕਰ ਆਰਾਮ ਨਾ ਹੋ ਉਜੀ ਚੱਲੀ ਉਜੀ ਚੇ ਕਰ ਆਰਾਮ ਨਾ ਹੋ ਸਾਲੇ ਆਪਾਂ ਵੈਸੇ ਕੰਪੀਟੀਟਿਵ ਜੀ ਫੀਲਿੰਗ ਜੀ ਕਿਉਂ ਲਈ ਜਾਂਦੇ ਆ ਸਵਾਦ ਆ ਜਾਂਦਾ ਮੈਚ ਖੇਡਣ ਦਾ ਜੋਨ ਬਣ ਗਿਆ ਨਾ ਬੱਲਾ ਜਾਂ ਕਵਰ ਵੀ ਹੈਗਾ ਉੱਤੇ ਵੀ ਬੰਦੇ ਸਾਈਡ ਤੇ ਵੀ ਬੰਦੇ ਆ ਓਏ ਮੈਚ ਪੈ ਗਈ ਸ਼ੋਟ ਕਿੱਥੋਂ ਪਈ ਪਤਾ ਨਹੀਂ ਮੋਕ ਕਰ ਮੇਰੇ ਤੇ ਇੱਧਰ ਸਮੋਕਾਂ ਦਾ ਕਵਰ ਬਣਾ ਦੇ ਨਹੀਂ ਨਹੀਂ ਉਹਨੂੰ ਮਾਰ ਦੇ ਇੱਧਰ ਵਾਲੇ ਨੂੰ ਤਾਂ ਪਤਾ ਨਹੀਂ ਪਈ ਕਿੱਥੋਂ ਨਾ ਲੋਕੇਸ਼ਨ ਨਹੀਂ ਆਈ ਮੈਨੂੰ ਫਿਰ ਕਵਰ ਤਾਂ ਦੇ ਦੇ ਮੈਂ ਇੱਧਰ ਵਾਲੇ ਨੂੰ ਵੇਖ ਦਿੰਦਾ ਖੜ ਜਾ ਤਾਂ ਪਈ ਹੈ ਤਾਂ ਨਹੀਂ ਤੇਰੇ ਪਿੱਛੋਂ ਟੁੱਕੀ ਹੈ ਖੜ ਜਾ ਪਿਛਲੇ ਨੂੰ ਤਾਂ ਫਿਰ ਮੈਂ ਵੀ ਨਾ ਤੇਰੇ ਤੋਂ ਨਹੀਂ ਦੇਖਿਆ ਸਾਲੇ ਪੰਜ ਜਾਣੇ ਰਹਿ ਗਏ ਯਾਰ ਆਪਾਂ ਕੰਪੀਟੀਟਿਵ ਜਿਹਾ ਕਿਉਂ ਬਣਾਈ ਜਾਂਦੇ ਮਾਹੌਲ ਆਹਦਾ ਮਾਰਤਾ ਗਰੋਜ ਤਾਂ ਲੱਗ ਗਿਆ ਹਾਂ ਹਾਂ ਚੱਲ ਬਹਿ ਗੱਡੀ 'ਚ ਗੱਡੀ 'ਚ ਨਹੀਂ ਬਹਿਣਾ ਹੁਣ ਖੜ ਜਾ ਭੈਣ ਕਰਕੇ ਖੜ ਜਾ ਬੰਦਾ ਹੈ ਹੀ ਇੱਧਰਲੀ ਸਾਈਡ ਪੈਣ ਕਰਨੇ ਆ ਯਾਰ ਮੇਰੇ ਸਾਹਮਣੇ ਆ ਪੈਣ ਕਰਦੇ ਆ ਯਾਰ ਤੇਰੇ ਸਾਹਮਣੇ ਕਿੱਥੇ ਆਇਆ ਇੱਧਰ ਆਪਣੇ ਖੱਬੇ ਬੰਨੇ ਜਗ੍ਹਾ ਚਿੱਲ ਕਰ ਹੁਣ ਚਿਕਨ ਆਊ ਆਰਾਮ ਨਾਲ ਤੇ ਮਜ਼ਾ ਇੱਧਰ ਇੱਧਰ ਹੋ ਸਕਦਾ ਬੰਦਾ ਮਰ ਗਏ ਆਪਾਂ ਨੂੰ ਚਿਕਨ ਕਮਾਉਣਾ ਹੁੰਦਾ ਚੰਗੀ ਤਰ੍ਹਾਂ ਤੂੰ ਪੈਣ ਕਰੀ ਤੂੰ 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 ਪਿੱਛੇ ਜਿਵੇਂ ਪੈਣ ਨਾ ਮਰ ਗਿਆ ਫਿਰ ਤੂੰ ਪਿੱਛੇ ਖੜ ਜਾ ਮਾਰੀ ਨਾ ਯਾਰੀ ਆ ਤਾਂ ਮਾਰੀ ਨਾ ਦੇਖਦੀ ਕਿਆ ਮਾਰੀ ਨਾ ਦੇਖਦੀ ਕਿਆ ਮਾਰੀ ਨਾ ਨਹੀਂ ਮਾਰਦਾ ਮੈਨੂੰ ਤਾਂ ਸਪੌਟ ਹੀ ਨਹੀਂ ਆ ਮੇਰੇ ਮੂਰੇ ਆ ਹਾਂ ਮਾਰੀ ਨਾ ਮੈਂ ਸਰਪ੍ਰਾਈਜ਼ ਮਦਰਫੱਕਰ ਭੈਣ ਦੇ ਆ ਛੋਲੇ ਆ ਇਸ ਸਾਈਡ ਤੇ ਤਾਂ ਵੇਖ ਲਾ ਆਪਦੇ ਭੈਣ ਦੇ ਦਾ ਆਹੀ ਸੀ ਓਏ ਕਿਲ ਫੀਲਡ ਵਾਲਾ ਆਹੀ ਸੀ ਕਿਲ ਫੀਲਡ ਵਾਲਾ ਭੈਣ ਦੀ ਕਿਲ ਫੀਲਡ ਵਾਲਿਆਂ ਨੇ ਦੇਖ ਲਓ ਕੀ ਅਸ਼ਰ ਕਰਦੇ ਯਾਰ ਬਹੁਤ ਵਧੀਆ ਯਾਰ ਮੈਚ ਲੱਗਿਆ ਸਿਰਾ ਲੱਗ ਗਿਆ ਗਾਇਸ ਓਪੀ ਹੋ ਗਿਆ ਓਪੀ
ਬਈ ਬਣੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਈ ਬਣੇ ਲਾਈਕ ਕਰ ਦਿਓ ਯਾਰ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਯਾਰ ਬਹੁਤ ਨੇੜੇ ਆ ਯਾਰ ਬੰਨ ਕੇ ਸਬਸਕ੍ਰਾਈਬਰਸ ਦੇ ਬਈ ਬਣੇ ਪਲੀਜ਼ ਯਾਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਗੇਮ ਪਲੇ ਵਧੀਆ ਲੱਗਿਆ ਹੋਵੇ ਥੈਂਕ ਯੂ ਗਾਈਸ ਲਵ ਯੂ ਤੁਹਾਡੀ ਸਪੋਰਟ ਨਾਲ